ਓਏ ਰੱਬਾ, ਇਸ ਤੋਂ ਇਲਾਵਾ ਕੋਈ ਹੋਰ ਫਰਾਡ ਕਰਦਾ ਪਿਆ ਨਾ, ਮੈਨੂੰ ਹੁਣੇ ਦੱਸ ਦੇ। ਕੀ ਕਰਾਂ ਕਾਜਲ, ਮੈਨੂੰ ਮਜਬੂਰੀ 'ਚ ਅੰਕਲ ਬਣਨਾ ਪਿਆ। ਪਰ ਦੇਖ ਕਾਜਲ, ਕਿਸੇ ਨੂੰ ਦੱਸੀ ਨਾ। ਕੀ ਲੁਕੋਵਾਂਗੀ ਮੈਂ ਵੀਰੇ ਤੋਂ? ਮੈਨੂੰ ਪਤਾ ਤੂੰ ਲੁਕੋ ਲੈਣਾ, ਇਸ ਲਈ ਤਾਂ ਤੈਨੂੰ ਦੱਸਿਆ। ਮਾਸਟਰ ਜੀ, ਮਾਸਟਰ ਜੀ, ਹਾਂ ਉਹ ਦੇਖੋ, ਮੈਂ ਤੇਰੇ ਤੇ ਬਲਾਈਂਡ ਫੇਥ ਕਰਦਾ ਕਾਜਲ। ਕਿੰਨਾ ਕੁ ਬਲਾਈਂਡ ਹੋਣਾ ਤੂੰ? ਬਰਾੜ ਉੱਤੇ ਇਹ ਕੀ ਸਵੇਰੇ ਸਵੇਰੇ ਕਾਜਲ ਤੋਂ ਕੱਜਲ ਪਵਾ ਰਿਹਾ? ਆਓ ਬਰਾੜ ਸਾਹਿਬ। ਹਾਏ, ਅੰਕਲ ਨੇ ਦੇਖ ਲਿਆ। ਇਹ ਕੀ ਹੋ ਰਿਹਾ? ਉਹ ਜਲਦੀ ਚੱਲੋ। ਅਰੇ ਚੱਲ, ਉਹ ਤੂੰ ਅੰਦਰ ਕਿੱਥੇ ਚੱਲੇ? ਅੱਗੇ ਚੱਲ, ਚੱਲ ਚੱਲ ਅੱਗੇ ਚੱਲ, ਅੱਗੇ ਚੱਲ, ਚੱਲ 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 ਤੂੰ। ਸਾਲਿਆ, ਬਿਜ਼ਨਸ ਕਲਾਸ ਰਾਹੀਂ ਮੈਂ ਜਾਣਾ, ਤੂੰ ਕੌਰਮੀ ਕਲਾਸ ਰਾਹੀਂ ਚੱਲ। ਗੋਲ ਗੋਲ। ਆਹੋ, ਚੰਗਾ। ਕੰਨ ਫੜ ਲਓ, ਕੰਨ ਫੜ ਲਓ, ਕੰਨ ਨਾ ਛੱਡੋ, ਨਹੀਂ ਤਾਂ ਦੁਨੀਆ ਛੱਡ ਜਾਓਗੇ। ਧਿਆਨ ਨਾ, ਅੱਗੇ ਬਾਰੀ ਆ, ਬਾਰੀ ਨੂੰ ਫੜੋ। ਹਾਂ, ਧਿਆਨ ਨਾ। ਕਿੱਥੇ ਆ? ਕੌਣ ਅੰਕਲ? ਤੇਰਾ ਦੂਜਾ ਅੰਕਲ ਪਿੱਛੇ। ਬਰਾੜ ਸਾਹਿਬ, ਏ ਬਰਾੜ ਸਾਹਿਬ, ਇਹ ਕੀ ਹੋ ਰਿਹਾ? ਇਹ ਲੰਗੂਰ ਬੰਦ ਦੀ ਕੀ ਲੋੜ ਪੈ ਗਈ? ਇੱਥੇ ਹੀ ਖੜੋ ਇੱਕ ਮਿੰਟ, ਇੱਥੇ ਹੀ ਪਿੱਛੇ। ਫੜ 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 ਫੜ। ਉਹ ਕੀ ਹੋ ਗਿਆ ਬੇਟੇ? ਤੈਨੂੰ ਮੈਂ ਦੱਸਦਾ ਕੀ ਹੋਇਆ, ਮੈਂ ਦੱਸਦਾ ਤੇਰੇ ਅੰਕਲ ਨੂੰ ਇਹ ਸੁਭਰੇ ਨਵੀਂ ਜਵਾਨੀ ਚੜੀ ਆ। ਉਹ ਤੇ ਠੀਕ ਹੈ, ਪਰ ਹੋਇਆ ਕੀ ਆ? ਬੇਟੇ ਉੱਪਰ ਬੈਲਕੋਨੀ 'ਚ ਕੁੜੀ ਨਾਲ ਖੜਾ ਸੀ। ਉਹ ਤੇ ਮੈਂ ਸਮਝ ਗਿਆ, ਪਰ ਹੋਇਆ ਕੀ ਆ? ਉਹ ਜਦੋਂ ਕੁਝ ਹੋ ਗਿਆ ਉਦੋਂ ਸਮਝ ਗਿਆ। ਉਹ ਤੂੰ ਸਾਰਾ ਕੀ ਹਾਲ ਆਈ ਹੈ? ਉਹ ਕੀ ਆ? ਉਹ ਸਿੱਧੂ ਸਾਹਿਬ, ਤੁਸੀਂ ਗਲਤ ਸਮਝ ਗਏ। ਕੀ ਸਮਝ ਗਏ ਗਲਤ? ਮੈਂ ਤਾਂ ਐਕਸਰਸਾਈਜ਼ ਕਰ ਰਿਹਾ ਸੀਗਾ। ਕਿਹੜੀ? ਮੇਰੀ ਮਾਂ ਨੇ ਉੱਪਰ ਨਵਾਂ ਜਿਮ ਖੋਲਿਆ ਜਿੱਥੇ ਐਕਸਰਸਾਈਜ਼ ਕਰਦੇ ਸੀ। ਉੱਤੇ ਨਹੀਂ ਜੀ, ਉੱਤੇ ਥੱਲੇ, ਉੱਤੇ ਥੱਲੇ। ਦੇਖੋ, ਫਿਟ ਰਹਿਣ ਲਈ ਪਿਛਲੇ 10 ਸਾਲਾਂ ਤੋਂ ਮੈਂ ਕੈਨੇਡਾ ਵਿੱਚ ਹਰ ਰੋਜ਼ ਗ੍ਰੌਸ ਮਾਊਂਟੇਨ ਤੇ ਚੜਦਾ ਜੀ। ਇੱਥੇ ਕੋਈ ਆਪਸ਼ਨ ਹੈ ਨਹੀਂ ਸੀ ਜੀ। ਮੈਂ ਕਿਹਾ ਚਲੋ ਕੰਧਾ ਕੋਠੀ ਸੀ ਜੀ। ਕਿਉਂ ਕੁਫਰ ਤੋਲਦੇ ਹੋ? ਮੈਂ ਤੁਹਾਨੂੰ ਇਹਨਾਂ ਦੀਦਿਆਂ ਨਾਲ ਉੱਪਰ ਕੁੜੀ ਨਾਲ ਖੜੇ ਗੱਲਾਂ ਕਰਦੇ ਦੇਖਿਆ। ਮੈਂ ਵੀ ਕੁੜੀ ਉਹ ਬੱਚੀ ਤਾਂ ਜੀ ਪ੍ਰਭਾਵਿਤ ਹੋ ਗਈ ਮੈਨੂੰ ਐਕਸਰਸਾਈਜ਼ ਕਰਦੇ ਦੇਖ ਕੇ। ਮੈਨੂੰ ਕਹਿੰਦੀ ਅੰਕਲ ਤੁਸੀਂ ਥੱਕ ਗਏ ਹੋਗੇ, ਪਲੀਜ਼ ਪਾਣੀ ਜ਼ਰੂਰ ਪੀ ਕੇ ਜਾਇਓ। ਪਾਣੀ ਨੂੰ ਉੱਥੇ ਉਹਨੇ ਛਬੀਲ ਲਾਈ ਹੋਈ ਸੀ। ਚੱਲ ਇੱਕ ਮਿੰਟ ਲਈ ਮੰਨ ਲਿਆ। ਇਹ ਦੱਸੋ ਮੈਨੂੰ ਵੇਖ ਕੇ ਉੱਥੋਂ ਭੱਜੇ ਕਿਉਂ ਸੀ ਜੀ? ਐਕਸਰਸਾਈਜ਼ ਕਰਦੇ ਸੀ। ਰਨਿੰਗ 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 ਉਹ ਦੌੜਾ ਰਹੇ ਸੀ। ਉਹ ਕੌਣ ਦੌੜਾ ਰਿਹਾ ਮੇਰੇ ਅੰਕਲ ਨੂੰ? ਮੈਨੂੰ ਪੁੱਛ ਤੇ ਲਿਆ ਕਰੋ। ਪਿਛਲੇ 10 ਸਾਲ ਤੋਂ ਜੁਆਇੰਟ ਪੇਨ ਕਰਕੇ ਮਨਾ ਕੀਤਾ ਡਾਕਟਰ ਨੇ ਇਹਨਾਂ ਨੂੰ ਦੌੜ ਭੱਜ ਕਰਨ ਤੋਂ। ਸੁਣ ਲਿਆ ਮੈਂ ਕਿਹਾ ਸੀ ਨਾ ਅੰਕਲ ਝੂਠ ਬੋਲਦੇ ਆ। ਹਾਂ, ਜਿਹੜੀ ਮੇਰੀ ਗੱਲ ਸੁਣੋ। ਉਹ ਮੇਰੀ ਗੱਲ ਸੁਣੋ ਜੀ। ਦੇਖੋ ਅਸੀਂ ਆਪਣੇ ਕੰਮਾਂ ਕਾਰਾਂ 'ਚ ਕੈਨੇਡਾ ਬਿਜ਼ੀ ਰਹਿੰਦੇ ਹਾਂ ਜੀ। ਬੱਚੇ ਇੱਥੇ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦੇ ਨੇ ਜੀ, ਇਸ ਕਰਕੇ ਇੱਕ ਦੂਜੇ ਦੀ ਸੂਹ ਘੱਟੀ ਰੱਖੀ ਦੀ ਹੈ ਜੀ। ਉਹ ਜਿਹਨਾਂ ਨੇ ਇੱਕ ਦੂਜੇ ਦੀ ਸੂਹ ਨਹੀਂ ਵਿਆਹ ਤੋਂ ਬਾਅਦ ਥੋੜੀ ਸੂਹ ਸਵਾਰ ਰੱਖਣਗੇ। ਡੈਡੀ ਪਲੀਜ਼, ਤੁਸੀਂ ਕਿਉਂ ਸਵੇਰੇ ਸਵੇਰੇ ਸਾਰੇ ਦੇ ਪਿੱਛੇ ਪਏ ਹੋ? ਅੰਕਲ ਜੀ ਐਕਸਰਸਾਈਜ਼ ਕਰ ਰਹੇ ਨਾ, ਕਰਨ ਦੋ ਮਮਾ। ਤੁਸੀਂ ਚੱਲੋ ਜੀ। ਮੈਂ ਕਿੱਥੇ ਚੱਲਾਂ? ਚੱਲੋ ਚੱਲੋ ਮਾਸਟਰ ਜੀ। ਮੈਨੂੰ ਸਮਝ ਨਹੀਂ ਆਉਂਦੀ ਇਹ ਸੁਮਰੇ ਕੰਧਾਂ ਤੇ ਚੜ੍ਹ ਕੇ ਮੈਂ ਜਾਂਦਾ ਬੰਦਾ ਕਿ ਕਰਲਾ। ਛੱਡ ਦੋ, ਉਹ ਫਿਕਰ ਨਾ ਕਰੋ, ਸਾਂਭ ਲਿਆ ਮੈਂ।